ਪਿਛਲੇ ਦਿਨ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦੀ ਅੰਤਮ ਅਰਦਾਸ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਜਦ ਬੇਅੰਤ ਬੁੱਚੜ ਦਾ ਜ਼ਿਕਰ ਕੀਤਾ ਤਾਂ ਰਵਨੀਤ ਬਿੱਟੂ ਪੜਕ ਉੱਠਿਆ ਕਿ ਮੇਰੇ ਦਾਦੇ ਨੂੰ ਬੁੱਚੜ ਕਿਉਂ ਕਿਹਾ ਗਿਆ। ਇਸ ਦੇ ਨਾਲ ਹੀ ਬੁਖਲਾਏ ਹੋਏ ਬਿੱਟੂ ਵੱਲੋਂ ਜਥੇਦਾਰ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਬਾਰੇ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਬਿੱਟੂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅਕਾਲ ਤਖ਼ਤ ਨਾਲ ਜਿਸ ਨੇ ਵੀ ਮੱਥਾ ਲਾਇਆ ਹੈ ਉਸ ਦਾ ਹਸ਼ਰ ਉਹਦੇ ਬੁੱਚੜ ਦਾਦੇ ਵਾਲਾ ਹੀ ਹੋਇਆ ਹੈ। ਫਿਰ ਭਾਵੇਂ ਇਹਨੂੰ ਦਾਦੀ ਵਰਗੀ ਪਿਆਰੀ ਪਾਪਣ ਇੰਦਰਾ ਗਾਂਧੀ ਸੀ ਜਿਸ ਨੂੰ ਉਹਦੇ ਕੀਤੇ ਦੀ ਸਜ਼ਾ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇ ਸਿੰਘ ਨੇ ਦਿੱਤੀ ਸੀ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਹਮੇਸ਼ਾ ਮਹਾਨ ਹੈ ਅਤੇ ਉਹ ਸਿੱਖ ਪੰਥ ਜਥੇਦਾਰ ਜੀ ਦੇ ਨਾਲ ਹਮੇਸ਼ਾ ਖੜ੍ਹੇ ਰਹਿਣਗੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਾਰੇ ਮਾੜਾ ਬੋਲਣ ਵਾਲੇ ਬਿੱਟੂ ਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਸੰਤ ਜੀ ਹਰ ਇੱਕ ਸਿੱਖ ਨੌਜਵਾਨ ਦੇ ਦਿਲ ਵਿੱਚ ਵੱਸਦੇ ਨੇ ਅਤੇ ਸਿੱਖ ਨੌਜਵਾਨ ਸੰਤਾਂ ਬਾਰੇ ਕੁਝ ਵੀ ਗਲਤ ਨਹੀਂ ਸੁਣਨਗੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।